ਦੀ ਗੰਭੀਰਤਾ ਹੈ। ਮੈਨੂੰ ਲੱਗਦਾ ਇਹਨਾਂ ਨੇ ਦੋ ਬਾਲਾਂ ਦੇ ਵਿੱਚ ਚੈਲੇਂਜ ਪੂਰਾ ਕਰ ਲੈਣਾ। ਹਿਮਾਂਸ਼ੂ ਵੈਸੇ ਇਸ ਟਾਈਮ ਪੂਰੇ ਸੈੱਟ ਹੋ ਚੁੱਕੇ ਆ, ਬਾਲ ਐ ਪੂਰੀ ਪਾਰ ਲਵਾ ਦਿੰਦੇ ਆ ਜਦੋਂ ਬੱਲੇ ਤੇ ਆਉਂਦੀ ਹੈ, ਮਾਰ ਕੇ ਛਿੱਕਾ ਆਪ ਹੀ ਡਿੱਗ ਪਏ ਸੀ। ਹਲੇ ਤਾਂ ਡਿੱਗਦਾ ਟਾਇਦਾ ਛਿੱਕਾ ਮਾਰਿਆ ਇਹਨਾਂ ਨੇ। ਅਗਲੀ ਬਾਲ, ਬੜਾ ਅੱਛਾ ਕਮਬੈਕ ਕੀਤਾ ਜੀ ਫਿਲਹਾਲ ਰੋਹਿਤ ਨੇ, ਕਿਆ ਬਾਤ ਹੈ। ਚਾਰ ਗੇਂਦਾਂ 6 ਰਨ। ਅਗਲੀ ਬਾਲ ਲਈ ਰੋਹਿਤ ਰੈਡੀ, ਸਾਹਮਣੇ ਬੱਲੇਬਾਜ਼ ਵੀ ਰੈਡੀ ਤੇ 6 ਕਰਦਾ ਗਾ। ਬਹੁਤ ਅੱਛਾ ਲੱਗਾ ਇਨਕੇ ਸਾਥ, ਯੂ ਨੋ ਮਿਲ ਜੁਲ ਕੇ ਇੱਕ ਫੈਮਿਲੀ ਬਣ ਗਈ ਹੈ। ਤੋ ਆਈ ਡੋਂਟ ਵਾਂਟ ਟੂ ਚੇਂਜ ਮਾਈ ਟੀਮ, ਆਈ ਲਾਈਕ ਜੋ ਮੇਰੇ ਕੈਰੇਕਟਰਸ ਹੈ, ਜੋ ਮੇਰੇ ਪਲੇਅਰਸ ਹੈ, ਇੱਕ ਬੋਂਡਿੰਗ ਹੋ ਗਈ ਹੈ, ਇੱਕ ਯੂਨਿਟੀ ਹੋ ਗਈ ਹੈ। ਐਂਡ ਅਭੀ ਪਹਿਲੇ ਸਾਲ ਸੇ ਆਪ ਕੁਛ ਵੀ ਨਹੀਂ ਜੱਜ ਕਰ ਸਕਤੇ ਹੋ, ਟਾਈਮ ਲੱਗਤਾ ਹੈ ਯੂਸ ਹੋਣੇ ਮੇਂ। ਉਹ ਕਿੱਡੇ ਕਿੱਡੇ ਘੈਂਟ ਦੇਖੋ ਮਾਲਕ ਇੱਦਾਂ ਦੇ ਹੋਣੇ ਚਾਹੀਦੇ, ਐਡਾ ਹੌਸਲਾ ਪਤਾ ਵੀ ਇੱਦੀ ਮਰਜ਼ੀ, ਪਰ ਫਿਰ ਸਟਿਲ ਆਪਣੇ ਪਲੇਅਰ ਨੂੰ ਇਨਕਰੇਜ ਕਰ ਰਹੇ। ਆਈ ਲਵ ਮਾਈ ਪਲੇਅਰਸ ਐਂਡ ਆਈ ਲਵ ਮਾਈ ਜਲੰਧਰ ਪੈਂਥਰ ਟੀਮ ਫੈਮਿਲੀ। ਮੇਰੇ ਨਾਲ ਇਸ ਟਾਈਮ ਐਨੀ ਗਿੱਲ ਐਂਡ ਸ਼ਾਟ, ਅਮਰਿਤ ਮਾਨ ਦੀ ਬਹੁਤ ਅੱਛੀ ਫੀਲਡਿੰਗ, ਰਨ ਆਊਟ ਹੋ ਸਕਦੀ ਸੀ। ਬੜੀ ਢਿੱਲੀ ਫੀਲਡਿੰਗ ਹੋ ਗਈ, ਥੋੜੀ ਜਿਹੀ ਨਹੀਂ ਤਾਂ ਆਊਟ ਸੀ। ਢਿੱਲੀ ਨੂੰ ਅੱਛੀ ਫੀਲਡਿੰਗ ਕਹਿੰਦੇ ਆ, ਬੰਦਾ ਹੈ ਸਿੰਗਰ ਆ, ਖੇਡ ਕ੍ਰਿਕਟਰ ਹੈ ਵੀ ਤਾਂ ਦੇਖੋ। ਅਗਲੀ ਬਾਲ ਕੁਨਾਲ ਦੀ ਸ਼ਾਟ, ਦੋ ਰਨ ਵਾਸਤੇ ਕਰਦੀ ਹੈ ਪਿੱਛੇ ਨੂੰ, ਸਮਾਰਟ ਸ਼ਾਟ। ਅਗਲੇ ਸੀਜ਼ਨ ਤੱਕ ਵਧੀਆ ਖੇਡਣ ਲਾ ਦੇਣਾ। ਹਿਮਾਂਸ਼ੂ 50 ਕਰ ਚੁੱਕੇ ਨੇ। ਅਗਲੀ ਬਾਲ ਖੇਡਣ ਲਈ ਰੈਡੀ, ਆ ਗਈ ਬਾਲ ਐਂਡ ਜਾਣਦੀ ਫੇਰ 6 ਰਨ ਵਾਸਤੇ। ਪਹਿਲੇ ਬਾਲਰ ਨਾਲ ਦੇਖੋ ਬੋਲੀ, ਦੋ ਐਡਕਾਂ ਲਾ ਕੇ ਨੱਚ ਰਹੇ ਨੇ, ਇੱਕ ਚਾਬੀ ਤੇ ਲਾ ਰੱਖੀ ਹੈ ਦੂਜੇ ਕੰਧੇ। ਬਹੁਤ ਸੋਹਣਾ ਸ਼ਾਟ ਕੁਨਾਲ, ਫੇਰ ਰੈਡੀ, ਦੋ ਛਿੱਕੇ ਪੈ ਚੁੱਕੇ ਉਹਨਾਂ ਨੂੰ ਇੱਥੇ। ਸ਼ਾਟ ਬਹੁਤ ਜ਼ਬਰਦਸਤ, ਬੜੀ ਸੋਹਣੀ ਫੀਲਡਿੰਗ ਫੀਲਡਿੰਗ ਹੋ ਗਈ ਉਹਨਾਂ ਨੇ ਆਪ ਨਹੀਂ ਕੀਤੀ, ਉਹਨਾਂ ਦੇ ਐਕਸਪ੍ਰੈਸ਼ਨ ਪਤਾ ਲੱਗ ਰਿਹਾ ਉਹਨਾਂ ਨੂੰ ਬਾਲ ਪਤਾ ਨਹੀਂ ਲੱਗਿਆ ਹੈ ਕਿੱਥੇ, ਜਿਹੜਾ ਹਾਲੇ ਵੀ ਮੁਰਝਾਇਆ ਹੋਇਆ। ਮੈਂ ਤਾਂ ਐਸੀ ਬਾਲ ਰੋਕ ਲਾ, ਮੈਂ ਗੁਆਂਢੀਆਂ ਨੂੰ ਖੁਸ਼ ਹੋ ਕੇ ਦੱਸ ਕੇ ਆਵਾਂ, ਇਹ ਹਾਲੇ ਵੀ ਮੁਰਝਾਏ ਹੋਏ ਨੇ, ਆਪੇ ਹੀ ਰੁਕ ਗਈ।